ਸਤਿ ਸ਼੍ਰੀ ਅਕਾਲ ਜੀ, ਮਾਸ਼ਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਏਐਨਵੀ ਨਿਊਜ਼। ਆਓ ਗੱਲ ਕਰੀਏ ਅੱਜ ਦੇ ਕੁਝ ਪੱਖ ਦੇ ਮੁੱਦਿਆਂ ਦੀ। ਭਗਵੰਤ ਮਾਨ ਨੇ ਬੇਸ਼ੱਕ ਸ਼ਰਾਬ ਪੀਣੀ ਛੱਡ ਦਿੱਤੀ ਹੋਵੇ, ਪਰ ਉਹ ਅੱਜ ਵੀ ਆਪਣੇ ਸ਼ਬਦਾਂ ਤੇ ਲਗਾਮ ਨਹੀਂ ਦੇ ਰਹੇ। ਉਹ ਪਹਿਲਾਂ ਵੀ ਉਵੇਂ ਬੋਲਦੇ ਸੀ ਤੇ ਅੱਜ ਵੀ ਉਵੇਂ ਬੋਲਦੇ ਨੇ, ਤੇ ਦੇਖੋ ਉਹਨਾਂ ਨੇ ਕੀ ਕੁਝ ਕਿਹਾ ਬਾਦਲ ਪਰਿਵਾਰ ਨੂੰ ਲੈ ਕੇ। ਪਹਿਲੀ ਵਾਰ ਅਕਾਲੀ ਦਲ 1920 ਦਾ ਬਣਿਆ ਹੋਇਆ, ਅਕਾਲੀ ਦਲ ਪਹਿਲੀ ਵਾਰ ਤੀਜੇ ਨੰਬਰ ਤੇ ਆਇਆ ਵੀਰੋ, ਪਹਿਲੀ ਵਾਰ ਐਸੇ ਨਿਰਾਸ਼ਾ ਚ, ਐਸੇ ਨਮੋਸ਼ੀ ਚ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਵਿਧਾਨ ਸਭਾ ਚ ਨਹੀਂ ਗਏ, ਕਿਉਂਕਿ ਪਿਛਲੀਆਂ ਸੀਟਾਂ ਤੇ ਬਹਿਣ ਦੀ ਆਦਤ ਹੈ ਨਹੀਂ, ਮੂਹਰਲੀਆਂ ਸੀਟਾਂ ਤੁਸੀਂ ਦਿੱਤੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਆਖਰੀ ਸਾਹ ਤੱਕ ਅਕਾਲੀ ਦਲ ਨੂੰ ਬਰਬਾਦ ਹੁੰਦੇ ਦੇਖਣਾ ਹੀ ਪਵੇਗਾ। ਜਦੋਂ ਔਲਾਦ ਹੀ ਗੰਦੀ ਹੋਵੇ ਤਾਂ ਉਸ ਦੇ ਨਤੀਜੇ ਭੁਗਤਣੇ ਹੀ ਪੈਂਦੇ ਨੇ। ਸੁਖਬੀਰ ਸਿੰਘ ਬਾਦਲ ਇੱਕ ਗੰਦ ਹੈ, ਇਹ ਕਹਿਣਾ ਹੈ ਭਗਵੰਤ ਮਾਨ ਦਾ। ਕੋਈ ਗੱਲ ਨਹੀਂ, ਲੜਾਈ ਕਈ ਵਾਰੀ ਲੰਬੀ ਹੋ ਜਾਂਦੀ ਹੈ, ਕਈ ਵਾਰੀ ਸਾਨੂੰ ਕਹਿੰਦੇ ਆ ਪੱਤਰਕਾਰ ਮੈਨੂੰ ਕਹਿੰਦੇ ਵੀ ਆਪਾਂ ਉਮੀਦ ਕੀਤੀ ਸੀ ਤੁਸੀਂ ਬਹੁਤ ਜ਼ਿਆਦਾ ਸੀਟਾਂ ਦੀ, ਪਰ 20 ਸੀਟਾਂ ਆਈਆਂ ਨੇ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਕਈ ਵਾਰੀ ਗੰਦ ਇੰਨਾ ਜ਼ਿਆਦਾ ਪਿਆ ਹੁੰਦਾ, ਝਾੜੂ 2 ਵਾਰੀ ਮਾਰਨਾ ਪੈਂਦਾ। ਅਕਾਲੀ ਦਲ ਤਾਂ ਕਰਤਾ ਇੱਕ ਤਨ ਮੇਰੇ। ਭਗਵੰਤ ਮਾਨ ਕਹਿੰਦੇ ਨੇ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਦੀ ਦੁਆ ਕਰਦੇ ਨੇ, ਤਾਂ ਕਿ ਉਹ ਵੀ ਦੇਖਣ ਕਿ ਸੁਖਬੀਰ ਬਾਦਲ ਕਿਵੇਂ ਅਕਾਲੀ ਦਲ ਨੂੰ ਆਪਣੇ ਹੱਥੀ ਰੋੜੇਗਾ। ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ, ਤੁਸੀਂ ਆਪਦੇ ਹੱਥੀ ਬਣਾਇਆ ਹੋਇਆ ਅਕਾਲੀ ਦਲ ਆਪਦੇ ਅੱਖੀ ਦੇਖ ਕੇ ਜਾਓ ਕਿ ਸੁਖਬੀਰ ਬਾਦਲ ਨੇ ਕਿਵੇਂ ਰੋੜਿਆ, ਉਹ ਦੇਖ ਲਓ ਹਾਲਤ। ਅੱਜ ਬਾਪੂ ਜੀ ਬਾਹਰ ਨਹੀਂ ਨਿਕਲਦੇ, ਜਮੇੜ ਦਾ ਕੰਮ ਜਦੋਂ ਲਾਦ ਮਾੜੀ ਨਿਕਲੇ ਵੀ ਐਂ ਹੁੰਦਾ ਫਿਰ। ਤੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਿਛਲੇ 5 ਸਾਲ ਤੋਂ ਕਹਿ ਰਹੇ ਨੇ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ, ਸ਼ਰਾਬ ਪੀਂਦਾ ਹੈ। ਤੇ ਇਸ ਗੱਲ ਤੇ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਆਪ ਹੀ ਦੱਸ ਦਿਓ ਕਿ ਬੰਦਾ ਜੇ 5 ਸਾਲ ਤੋਂ ਸ਼ਰਾਬ ਪੀ ਰਿਹਾ ਹੋਵੇ ਉਹ ਜਿੰਦਾ ਰਹੂਗਾ। ਕਹਿੰਦੇ ਭਗਵੰਤ ਪਿਛਲੇ 5 ਸਾਲ ਤੋਂ ਕਹੀ ਜਾਂਦੇ ਆ, ਭਗਵੰਤ ਮਾਨ ਕਹਿੰਦੇ ਦਿਨ ਰਾਤ ਸ਼ਰਾਬ ਨਾਲ ਟੱਲੀ ਰਹਿੰਦਾ। ਵੀਰੋ ਤੁਸੀਂ ਦੱਸ ਦਿਓ ਤੁਹਾਡੇ ਪਿੰਡ ਪਿਛਲੇ 5 ਸਾਲ ਤੋਂ ਜਿਹੜਾ ਦਿਨ ਰਾਤ ਪੀਂਦਾ ਉਹ ਜਿਉਂਦਾ ਹੈਗਾ ਹੈਗਾ, ਨਿਪਟ ਗਿਆ ਨਾ ਕੰਮ। ਤੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਤੱਕ ਯਾਦ ਨਹੀਂ ਰਹਿੰਦਾ ਖਾਦੀ ਪੀਤੀ ਵਿੱਚ ਕਿ ਪ੍ਰਕਾਸ਼ ਸਿੰਘ ਬਾਦਲ ਉਹਦਾ ਬਾਪ ਹੈ ਕਿ ਬਾਪ ਸਮਾਨ ਹੈ। ਤੁਸੀਂ ਖੁਦ ਸੁਣੋ ਭਗਵੰਤ ਮਾਨ ਦੇ ਮੂੰਹੋਂ ਕਿ ਉਹਨੇ ਕੀ ਕੀ ਕਿਹਾ। ਫਿਰ ਬਦਨਾਮ ਕਰਦੇ ਆ ਬਸ, ਚਲੋ ਕਦੇ ਕਦੇ, ਚਲੋ ਕਦੇ ਕਦੇ ਮੈਂ ਕੋਈ ਹਰੇਕ ਬੰਦੇ 'ਚ ਕਮੀ ਹੁੰਦੀ ਹੈ, ਮੈਂ ਇਹ ਵੀ ਕਹਿਤਾ ਬਰਨਾਲੇ ਕਿ ਜੇ ਕਦੇ ਕਦੇ ਵਾਲੇ ਵੀ ਤੁਹਾਨੂੰ ਚੁਭਦੀ ਹੈ ਨਾ ਮੈਂ ਉਹ ਵੀ ਛੱਡੀ, ਲੈ ਹੁਣ ਮੇਰੇ 'ਚ ਕੋਈ ਕਮੀ ਕੱਢ ਕੇ ਦਿਖਾਈ। ਮੈਂ ਹੁਣ ਸੁਖਬੀਰ ਬਾਦਲ ਨੂੰ ਵੀ ਕਹਿਣਾ ਜਿਹੜੀ ਅੱਗ ਸਵਾ ਤੂੰ ਖਾਣਾ ਤੂੰ ਵੀ ਚੈੱਕ ਕਰਾ, ਹਰ ਵਕਤ ਤੇਰੀ ਅੱਖ ਖੜੀ ਰਹਿੰਦੀ ਹੈ, ਖਾਦੀ ਪੀਤੀ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਹਿ ਗਿਆ। ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਜਾਂਦਾ ਮੇਰੇ ਪਿਤਾ ਸਮਾਨ ਹੈ, ਬਾਦਲ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਹੋਏ ਪਿਤਾ ਹੀ ਆ।